ਦੇਸ਼ਾਂ ਵਿਦੇਸ਼ਾਂ ਵਿੱਚ ਵੱਸਦੇ ਮੇਰੇ ਸਾਰੇ ਪੰਜਾਬੀ ਭੈਣਾਂ ਅਤੇ ਵੀਰਾਂ ਨੂੰ ਸਾਡੇ ਵੱਲੋਂ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ। ਅਤੇ ਮੈਂ ਤੁਹਾਡਾ ਆਪਣਾ ਅਨਿਲ ਕੰਬੋਜ ਅਤੇ ਇਹ ਮੇਰਾ ਛੋਟਾ ਵੀਰ ਹੈਪੀ। ਅਤੇ ਅੱਜ ਤੁਹਾਨੂੰ ਅਸੀਂ ਇਹ ਗੀਤ ਸੁਣਾਉਣ ਜਾ ਰਹੇ ਹਾਂ ਜੋ ਕਿ ਆਪਣੇ ਬਾਈ ਜੀ ਦੀ ਕਲਮ ਰਾਹੀਂ ਗੀਤ ਲਿਖਿਆ ਗਿਆ ਹੈ ਅਤੇ ਬਹੁਤ ਹੀ ਪਿਆਰਾ ਗੀਤ ਹੈ। ਮੈਨੂੰ ਬਹੁਤ ਪਸੰਦ ਆਇਆ ਇਹ ਗੀਤ, ਅਤੇ ਗੀਤ ਬਹੁਤ ਹੀ ਪਿਆਰਾ ਹੈ। ਅਤੇ ਕਿਹੜੀ ਸਿਚੁਏਸ਼ਨ ਵਿੱਚ ਇਹ ਗੀਤ ਲਿਖਿਆ ਗਿਆ ਹੈ ਇਸ ਦੇ ਬਾਰੇ ਤੁਹਾਨੂੰ ਆਪਣੇ ਬਾਈ ਜੀ ਕੁਝ ਦੱਸਣਗੇ, ਉਹਦੇ ਬਾਅਦ ਮੈਂ ਤੁਹਾਨੂੰ ਇਸ ਦੇ ਦੋ ਬੋਲ ਸੁਣਾਵਾਂਗਾ। ਸਤਿ ਸ਼੍ਰੀ ਅਕਾਲ ਵੀਰੋ। ਵੀਰੋ, ਇਹ ਗੀਤ ਲਿਖਿਆ ਹੈ ਆਪਣਾ ਇੱਕ ਫੌਜੀ ਵੀਰ ਹੈ ਮਹਿੰਦਰ, ਜੋ ਕਿ ਪੰਜਾਬ ਤੋਂ ਬਿਲੋਂਗ ਕਰਦਾ, ਜਿਸਨੇ ਕਿਹਾ ਸੀ ਬਈ ਇੱਕ ਫੌਜੂ ਦਾ ਗੀਤ ਲਿਖਿਆ ਜਾਵੇ, ਤਾਂ ਜੀ ਲਿਖਿਆ ਹੈ ਗੀਤ। ਇਸ ਗੀਤ ਦੀ ਸਿਚੁਏਸ਼ਨ ਇਹ ਹੈ ਕਿ ਇੱਕ ਫੌਜੀ ਵੀਰ ਹੈ ਜੋ ਕਿ ਛੁੱਟੀਆਂ ਵਿੱਚ ਆਪਣੇ ਘਰ ਆਉਂਦਾ ਹੈ, ਅਤੇ ਛੁੱਟੀਆਂ ਦੀ ਅੱਧ ਵਿੱਚ ਹੀ ਉਹਨੂੰ ਬੋਰਡਰ ਤੋਂ ਫੋਨ ਆ ਜਾਂਦਾ ਕਿ ਬਈ ਬੋਰਡਰ 'ਤੇ ਜੰਗ ਛਿੜ ਚੁੱਕੀ ਹੈ, ਅਤੇ ਬੁਲਾਵਾ ਆ ਜਾਂਦਾ ਉਹਦੇ ਲਈ। ਅਤੇ ਜੀ ਉਹ ਚੱਲਣ ਹੀ ਲੱਗਦਾ ਅਤੇ ਉਹਦੀ ਬੇਬੇ ਉਹਨੂੰ ਰੋਕ ਕੇ ਕਹਿੰਦੀ ਹੈ ਕਿ ਪੁੱਤਰ ਇਸ ਵਾਰੀ ਰੁਕ ਜਾ, ਬਸ ਇਸ ਵਾਰੀ ਰੁਕ ਜਾ। ਅਤੇ ਜੀ ਉਹ ਬਹੁਤ ਹੀ ਸੋਚ 'ਚ ਪੈ ਜਾਂਦਾ ਅਤੇ ਕਹਿੰਦਾ ਕਿ ਇੱਕ ਪਾਸੇ ਤਾਂ ਮੇਰੀ ਮਾਂ ਦੇ ਦੁੱਧ ਦਾ ਕਰਜ਼ ਹੈ ਜੋ ਮੈਂ ਚੁਕਾਉਣਾ, ਇੱਕ ਪਾਸੇ ਮੇਰੀ ਭਾਰਤ ਮਾਂ ਜਿਸ ਦੀ ਮਿੱਟੀ ਦਾ ਕਰਜ਼ ਮੈਂ ਚੁਕਾਉਣਾ, ਅਤੇ ਜੀ ਮੈਂ ਕਰਾਂ ਅਤੇ ਕੀ ਕਰਾਂ। ਅਤੇ ਜੀ ਉਹਦੀ ਬੇਬੇ ਉਹਨੂੰ ਰੋਕਦੇ ਹੋਏ ਕੀ ਕਹਿੰਦੀ ਹੈ ਆਪਣੇ ਬਾਈ ਜੀ ਦੱਸਦੇ ਨੇ, ਸੁਣਾ ਕੇ। ਤੁਹਾਨੂੰ ਬਾਈ ਜੀ ਇਸ ਦੇ ਦੋ ਬੋਲ ਅਸੀਂ ਸੁਣਾਉਣ ਲੱਗੇ ਹਾਂ, ਉਮੀਦ ਕਰਦੇ ਹਾਂ ਤੁਹਾਨੂੰ ਜ਼ਰੂਰ ਪਸੰਦ ਆਉਣਗੇ। ਹੋ ਮੇਰੀ ਮਾਂ ਕਹਿੰਦੀ ਪੁੱਤ ਇਸ ਵਾਰੀ ਰੁਕ ਜਾ, ਹੋ ਤੇਰੇ ਜਾਣ ਬਾਜੋਂ ਦਿਲ ਮੇਰਾ ਨਹੀਂ ਉਹ ਲੱਗਦਾ। ਹੋ ਮੇਰੀ ਮਾਂ ਕਹਿੰਦੀ ਪੁੱਤ ਇਸ ਵਾਰੀ ਰੁਕ ਜਾ, ਤੇਰੇ ਜਾਣ ਬਾਜੋਂ ਦਿਲ ਮੇਰਾ ਨਹੀਂ ਉਹ ਲੱਗਦਾ। ਰਾਤੀ ਜਾਗ ਜਾਗ ਬੋਰਡਰਾਂ 'ਤੇ ਪੈਰੇ ਮਾਰਨੇ, ਮੈਨੂੰ ਪਤਾ ਸੌਖੇ ਨਹੀਂ ਉਹ ਧੁੱਪੇ ਚੰਮ ਸਾੜਨੇ, ਯਾਦ ਤੈਨੂੰ ਵੀ ਘਰਾਂ ਦੇ ਵਾਲੀ ਖਾਂਦੀ ਹੋਣੀ ਹੈ। ਜਦੋਂ ਜੰਗਲ 'ਚ ਘੁੰਮਦੇ ਨੂੰ ਭੁੱਖ ਲੱਗਦੀ, ਯਾਦ ਬੇਬੇ ਦੇ ਹੱਥਾਂ ਦੀ ਰੋਟੀ ਆਉਂਦੀ ਹੋਣੀ ਹੈ। ਜਦੋਂ ਜੰਗਲ 'ਚ ਘੁੰਮਦੇ ਨੂੰ ਭੁੱਖ ਲੱਗਦੀ, ਯਾਦ ਬੇਬੇ ਦੇ ਹੱਥਾਂ ਦੀ ਰੋਟੀ ਆਉਂਦੀ ਹੋਣੀ ਹੈ। ਇੱਕ ਤਾਂ ਫਿਕਰ ਮੈਨੂੰ ਪੂਰੇ ਦੇਸ਼ ਦੀ, ਦੂਜੀ ਬੇਬੇ ਦੀ ਫਿਕਰ ਮੈਨੂੰ ਵੱਖ ਲੱਗਦੀ। ਰਾਤੀ ਬੋਰਡਰਾਂ 'ਤੇ ਪੁੱਤ ਮੇਰਾ ਸੁੱਤਾ ਨਹੀਂ ਕਿ ਸੁੱਤਾ, ਇਹ ਸੋਚ ਸੋਚ ਉਹਦੀ ਵੀ ਨਾ ਅੱਖ ਲੱਗਦੀ। ਰਾਤੀ ਬੋਰਡਰਾਂ 'ਤੇ ਪੁੱਤ ਮੇਰਾ ਸੁੱਤਾ ਨਹੀਂ ਕਿ ਸੁੱਤਾ, ਇਹ ਸੋਚ ਸੋਚ ਉਹਦੀ ਵੀ ਨਾ ਅੱਖ ਲੱਗਦੀ। ਇੱਥੇ ਰੱਖੜੀ ਦੇ ਦਿਨ ਲੰਘ ਜਾਂਦੇ ਪੈਣਾ ਬਿਨ, ਇੱਥੇ ਰੱਖੜੀ ਦੇ ਦਿਨ ਲੰਘ ਜਾਂਦੇ ਪੈਣਾ ਬਿਨ, ਸੁੰਨੇ ਹੱਥਾਂ ਵਾਲੀ ਡੋਰੀ ਸਾਨੂੰ ਵੱਢ ਖਾਂਦੀ ਆ। ਜਦੋਂ ਜੰਗਲ 'ਚ ਘੁੰਮਦੇ ਨੂੰ ਭੁੱਖ ਲੱਗਦੀ, ਯਾਦ ਬੇਬੇ ਦੇ ਹੱਥਾਂ ਦੀ ਰੋਟੀ ਬਾਲੀ ਆਉਂਦੀ ਆ। ਜਦੋਂ ਜੰਗਲ 'ਚ ਘੁੰਮਦੇ ਨੂੰ ਭੁੱਖ ਲੱਗਦੀ, ਯਾਦ ਬੇਬੇ ਦੇ ਹੱਥਾਂ ਦੀ ਰੋਟੀ ਬਾਲੀ ਆਉਂਦੀ ਆ। ਸਤਿ ਸ਼੍ਰੀ ਅਕਾਲ ਬਾਈ ਜੀ।